ਸਤਿ ਸ਼੍ਰੀ ਅਕਾਲ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਨਾਰਥ ਅਮਰੀਕਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਨਿਊਯਾਰਕ 'ਚ ਕੱਢੀ ਗਈ ਸਿੱਖ ਡੇ ਪਰੇਡ, ਜਿੱਥੇ ਇਸ ਵਾਰ ਇਤਿਹਾਸ ਸਿਰਜ ਗਈ, ਉੱਥੇ ਹੀ ਸਿੱਖੀ ਲਈ ਇੱਕ ਨਵਾਂ ਸੁਨੇਹਾ ਦੇ ਗਈ। ਹਜ਼ਾਰਾਂ ਦੀ ਤਾਦਾਦ 'ਚ ਪੁੱਜੀਆਂ ਸੰਗਤਾਂ ਨੇ ਨਿਊਯਾਰਕ ਨੂੰ ਕੇਸਰੀ ਰੰਗ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਇੱਕ ਨਵਾਂ ਮਾਹੌਲ ਪੇਸ਼ ਕਰ ਦਿੱਤਾ। ਇਸ ਵਾਰ ਜਿੱਥੇ ਨਿਊਯਾਰਕ ਪ੍ਰਸ਼ਾਸਨ ਵੱਲੋਂ ਇਸ ਪਰੇਡ ਨੂੰ ਵਿਸ਼ੇਸ਼ ਤਵੱਜੋ ਦਿੱਤੀ ਗਈ, ਉੱਥੇ ਹੀ ਸਿੱਖ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਵੀ ਸਿੱਖੀ ਦੀ ਚੜ੍ਹਦੀ ਕਲਾ ਦਾ ਗਵਾਹ ਬਣ ਗਿਆ। ਅਮਰੀਕੀ ਮੀਡੀਆ ਸਮੇਤ ਵਿਸ਼ਵ ਦੇ ਮੀਡੀਆ ਵੱਲੋਂ ਇਸ ਪਰੇਡ ਨੂੰ ਉਚੇਚੇ ਤੌਰ ਤੇ ਦਿਖਾਇਆ ਗਿਆ। ਆਪਣਾ ਪੰਜਾਬ ਅਖਬਾਰ ਅਤੇ ਆਪਣਾ ਪੰਜਾਬ NRI TV ਨੇ ਵੀ ਪ੍ਰਿੰਟ ਅਤੇ ਲਾਈਵ ਕਵਰੇਜ ਕਰਕੇ ਵਿਸ਼ਵ ਚ ਵਾਸਤੇ ਭਾਈਚਾਰੇ ਨੂੰ ਪਰੇਡ ਦੇ ਰੂਬਰੂ ਕਰਵਾਇਆ। ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਟ੍ਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾ ਦੇ ਸਹਿਯੋਗ ਨਾਲ ਇੱਥੇ ਦੇ ਘੁੱਗ ਵਾਸਤੇ ਸ਼ਹਿਰ ਮੈਨਹੈਟਨ ਦੇ ਐਨ ਵਿਚਕਾਰ ਕੱਢੀ ਗਈ 31ਵੀਂ ਸਾਲਾਨਾ ਸਿੱਖ ਡੇ ਪਰੇਡ ਅਮਰੀਕਾ ਭਾਰ ਚ ਪਹੁੰਚੇ ਹਜ਼ਾਰਾਂ ਸਿੱਖਾਂ ਨੇ ਸ਼ਿਰਕਤ ਕੀਤੀ। ਪਰੇਡ ਕਾਰਨ ਆਲਾ ਦੁਆਲਾ ਖਾਲਸਾਈ ਰੰਗ ਚ ਰੰਗਿਆ ਤੇ ਸਿੱਖ ਸੰਗਤ ਦਾ ਹੜ ਜਾਪਦਾ ਸੀ। ਇਸ ਪਰੇਡ ਦੇ ਵਿੱਚ ਸਿੱਖਾਂ ਨੇ ਆਪਣੇ ਤੇ ਹੁੰਦੇ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਦਰਮਿਆਨ ਪਰੇਡ ਰਾਹੀਂ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਈ। ਇੰਜ ਜਾਪ ਰਿਹਾ ਸੀ ਕਿ ਮੈਨਹੈਟਨ 'ਚ ਦਸਤਾਰਾਂ ਦਾ ਹੜ ਆ ਗਿਆ, ਜਦਕਿ 31ਵੀਂ ਸਿੱਖ ਦੇ ਪਰੇਡ ਦੌਰਾਨ ਵੱਡੀ ਗਿਣਤੀ 'ਚ ਔਰਤਾਂ ਅਤੇ ਬੱਚਿਆਂ ਵੀ ਰਵਾਇਤੀ ਪੁਸ਼ਾਕਾਂ 'ਚ ਸਜੇ ਹੋਏ ਸਨ। ਪਰੇਡ 'ਚ ਕੀਰਤਨ, ਗੱਤਕੇ ਦੇ ਪ੍ਰਦਰਸ਼ਨ ਨਾਲ ਝਾਕੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਪਰੇਡ ਦੀ ਸਮਾਪਤੀ ਵੇਲੇ ਸਥਾਨ ਤੇ ਲਾਈ ਸਟੇਜ ਤੋਂ ਪਰੇਡ ਦੇ ਪ੍ਰਬੰਧਕ, ਵੱਖ-ਵੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਤੇ ਨਿਊਯਾਰਕ ਸਟੇਟ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ। ਬੀਤੇ ਦਿਨੀ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਵੱਲੋਂ ਹੋਰ ਸੋਸਾਇਟੀਆਂ ਦੇ ਸਹਿਯੋਗ ਨਾਲ ਕੱਢੀ ਗਈ 31ਵੀਂ ਸਿੱਖ ਡੇ ਪਰੇਡ ਇਤਿਹਾਸ ਰਚ ਗਈ। ਜਿੱਥੇ ਲੱਖ ਤੋਂ ਵੱਧ ਸੰਗਤਾਂ ਨੇ ਹਿੱਸਾ ਲਿਆ, ਉੱਥੇ ਹੀ ਹੋਰ ਸੋਸਾਇਟੀਆਂ, ਗੁਰੂ ਘਰਾਂ ਦੀਆਂ ਕਮੇਟੀਆਂ ਅਤੇ ਜਥੇਬੰਦੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿਨ੍ਹਾਂ ਵਿੱਚ ਗੁਰੂ ਰਾਮਦਾਸ ਸੋਸਾਇਟੀ ਹਰਿਆਣਾ ਨਿਊਯਾਰਕ ਨੇ ਜਿੱਥੇ ਸੇਵਾ ਸੰਭਾਲ ਕੀਤੀ, ਉੱਥੇ ਹੀ ਪਰੇਡ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਬੂਟਾ ਸਿੰਘ ਚੀਮਾ ਦੀ ਅਗਵਾਈ ਹੇਠ ਇਸ ਮੌਕੇ ਗੁਰੂ ਘਰ ਸਿੱਖ ਕਲਚਰ ਸੋਸਾਇਟੀ ਵਿਖੇ ਪੰਥ ਪ੍ਰਸਿੱਧ ਕਥਾਵਾਚਕ ਗੁਰਚੇਤਨ ਸਿੰਘ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਅੱਜ ਸਾਡੇ ਨਾਰਥ ਅਮਰੀਕਾ ਨਿਊਜ਼ ਦੇ ਵਿੱਚ ਇੰਨਾ ਹੀ। ਮੈਂ ਅਗਲੇ ਹਫ਼ਤੇ ਕੁਝ ਹੋਰ ਨਾਰਥ ਅਮਰੀਕੀ ਖ਼ਬਰਾਂ ਲੈ ਕੇ ਹਾਜ਼ਰ ਹੋਵਾਂਗੀ। ਤਦ ਤੱਕ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ। ਆਪਣਾ ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ NRI TV ਤੇ ਐਡ ਦੇਣ ਲਈ ਸਾਨੂੰ ਸੰਪਰਕ ਕਰੋ। ਸਾਡਾ USA ਦਾ ਫੋਨ ਨੰਬਰ ਹੈ 5169983222 ਤੇ ਸਾਡਾ ਇੰਡੀਆ ਦਾ ਫੋਨ ਨੰਬਰ ਹੈ 9815540000।